ਅੱਜ ਮੈਂ ਜਿਸ ਮੁੱਦੇ ਤੇ ਬੋਲਣ ਲੱਗਾ ਬਹੁਤ ਹੀ ਦਿਲ ਨੂੰ ਝੰਜੋੜਨ ਵਾਲਾ ਤੇ ਬੇਹੱਦ ਘਟੀਆ ਦਰਜੇ ਦੀ ਠੱਗੀ ਦਾ ਹੈ, ਜਿਸ ਨਾਲ ਪੰਜਾਬ ਦੇ 12,76,303 ਗਰੀਬ ਬੱਚਿਆਂ ਦੀਆਂ ਖੁਸ਼ੀਆਂ ਲੁੱਟੀਆਂ ਗਈਆਂ, ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਗਿਆ। ਕਹਿ ਲਿਆ ਜਾਵੇ ਤੇ ਗਰੀਬ ਬੱਚਿਆਂ ਦਾ ਖੂਨ ਚੂਸਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ ਕਿ ਅਜੀਬ ਮਿਠਾਸ ਹੈ ਗਰੀਬ ਕੇ ਖੂਨ ਮੇ ਵੀ, ਜਿਸ ਕੋ ਮੌਕਾ ਮਿਲਤਾ ਹੈ ਵੋ ਪੀਤਾ ਜ਼ਰੂਰ ਹੈ। ਤੇ ਦੁੱਖ ਇਸ ਗੱਲ ਦਾ ਵੀ ਹੈ ਕਿ ਬੱਚਿਆਂ ਨਾਲ ਹੋਈ ਠੱਗੀ ਦਾ ਸਭ ਨੂੰ ਪਤਾ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਪੰਜਾਬ ਦੇ ਰਹਿਬਰ ਕਹਾਉਣ ਵਾਲੇ, ਪੰਜਾਬ ਦੀ ਹਰ ਗੱਲ ਜ਼ੋਰ ਸ਼ੋਰ ਨਾਲ ਚੁੱਕਣ ਵਾਲੇ ਸੁਖਪਾਲ ਖਹਿਰਾ, ਭਗਵੰਤ ਮਾਨ, ਵਿਕਰਮ ਮਜੀਠੀਆ ਇਸ ਮੁੱਦੇ ਦੇ ਉੱਤੇ ਕਿਉਂ ਚੁੱਪੀ ਧਾਰੀ ਬੈਠੇ ਹਨ? ਕੀ ਇਹਨਾਂ ਦੀ ਇਸ ਠੱਗੀ 'ਚ ਜ਼ਿੰਮੇਵਾਰ ਉਸ ਮੰਤਰੀ ਨਾਲ ਕੋਈ ਭਾਈਚਾਰਕ ਸਾਂਝ ਹੈ? ਮਸਲਾ ਸਰਕਾਰੀ ਸਕੂਲਾਂ 'ਚ ਗਰੀਬ ਬੱਚਿਆਂ ਨੂੰ ਵੰਡੀਆਂ ਵਰਦੀਆਂ ਦਾ ਹੈ। ਪਹਿਲੀ ਗੱਲ ਇਹ ਹੈ ਕਿ ਜਿਹੜੀ ਵਰਦੀ ਬੱਚਿਆਂ ਨੂੰ ਮਾਰਚ 2018 ਵਿੱਚ ਵੰਡੀ ਜਾਣੀ ਸੀ ਉਹ 1 ਸਾਲ ਲੇਟ ਮਾਰਚ 2019 ਵਿੱਚ ਵੰਡੀ ਗਈ। ਬੱਚਿਆਂ ਨੇ 2018 ਦੀ ਭਰ ਸਰਦੀ ਬਿਨਾਂ ਵਰਦੀ ਤੋਂ ਕਿਵੇਂ ਕੱਟੀ ਇਸ ਦਾ ਕਿਸੇ ਨੂੰ ਸ਼ਾਇਦ ਅਹਿਸਾਸ ਨਹੀਂ ਹੈ, ਸ਼ਾਇਦ ਮੈਨੂੰ ਵੀ ਨਹੀਂ ਹੈ। 1 ਸਾਲ ਬੱਚਿਆਂ ਦੀ ਵਰਦੀ 'ਚ ਦੇਰੀ ਇਸ ਲਈ ਹੁੰਦੀ ਰਹੀ ਕਿ ਇਸ ਠੱਗੀ ਇਹ ਕਿਵੇਂ ਮਾਰੀ ਜਾਵੇ, ਇਹਨੂੰ ਠੱਗੀ ਨੂੰ ਸਿਰੇ ਕਿਵੇਂ ਚਾੜਿਆ ਜਾਵੇ, ਜਿਸ ਦਾ ਸਬੂਤ ਆ ਕਈ ਚਿੱਠੀਆਂ ਜਿਹੜੀਆਂ ਇਹਨਾਂ ਡਿਪਾਰਟਮੈਂਟ ਨੂੰ ਕੱਢੀਆਂ ਅਤੇ ਵਾਰ ਵਾਰ ਉਹਨਾਂ ਨੂੰ ਬਦਲਿਆ ਗਿਆ ਕਿ ਵਰਦੀਆਂ 'ਚ ਕੀ ਦੇਣਾ ਅਤੇ ਕਿਸ ਕਿਸ ਪ੍ਰਕਿਰਿਆ ਨਾਲ ਦੇਣਾ। ਅਤੇ ਅਖੀਰ 'ਚ ਇਹਨਾਂ ਦੀ ਮੰਸ਼ਾ ਪੂਰੀ ਹੋਈ 25 ਜਨਵਰੀ 2019 ਨੂੰ, ਜਿਸ 'ਚ ਇੱਕ ਟੈਂਡਰ 599 ਰੁਪਏ ਦੇ ਵਿੱਚ ਬੱਚੇ ਪਰ ਬੱਚੇ ਦੀ ਵਰਦੀ ਦਾ ਮਨਜੀਤ ਪਲਾਸਟਿਕ ਨਾਂ ਦੀ ਕੰਪਨੀ ਨੂੰ ਦੇ ਦਿੱਤਾ ਗਿਆ। 75,42,42,467 ਰੁਪਈਏ ਦੇ ਵਿੱਚ ਟੈਂਡਰ ਦਿੱਤਾ ਗਿਆ, ਜਿਸ ਠੇਕੇਦਾਰ ਨਾਲ ਕਦੀ ਇਸ ਤੋਂ ਪਹਿਲਾਂ ਸਕੂਲੀ ਵਰਦੀਆਂ ਦੇ ਨਾਲ ਕੋਈ ਥਹੁ ਵਾਸਤਾ ਵੀ ਨਾ ਰਿਹਾ ਹੋਵੇ। ਇਹ ਸਾਰਾ ਕੰਮ ਉਸ ਨੂੰ ਸਿੱਖਿਆ ਮੰਤਰੀ ਦੇ ਕਹਿਣ ਦੇ ਉੱਤੇ ਦਿੱਤਾ ਗਿਆ ਕਿ ਦਿਲੋਂ ਮੇਂ ਖੋਟ ਹੈ, ਜ਼ੁਬਾਂ ਮੇਂ ਪਿਆਰ ਕਰਤੇ ਹੈ, ਬਹੁਤ ਸੇ ਲੋਕ ਦੁਨੀਆ ਮੇਂ ਯਹੀ ਵਪਾਰ ਕਰਤੇ ਹੈ। ਜੋ ਵਰਦੀ ਸਕੂਲਾਂ ਦੇ ਮਾਸਟਰ ਜਾਂ ਸਕੂਲ ਆਪਣੇ ਤੌਰ 'ਤੇ 400 ਰੁਪਈਏ 'ਚ ਤਿਆਰ ਕਰਕੇ ਬੱਚਿਆਂ ਨੂੰ ਉਹਨਾਂ ਦੇ ਨਾਪ ਦੇ ਅਨੁਸਾਰ ਵੰਡਦੇ ਸੀ, ਅੱਜ ਵੀ ਸਕੂਲ ਬੱਚਿਆਂ ਨੂੰ 400 ਰੁਪਈਏ ਪਰ ਬੱਚੇ ਦੇ ਹਿਸਾਬ ਨਾਲ ਵਰਦੀ ਦੇਣ ਨੂੰ ਤਿਆਰ ਸੀਗੇ ਜਾਂ ਤਿਆਰ ਕਰਾ ਕੇ ਦੇ ਸਕਦੇ ਸੀ। ਉਹਨਾਂ ਨਾਲੋਂ ਕਿਤੇ ਘਟੀਆ ਦਰਜੇ ਦੀ ਜਿਹੜੀ ਵਰਦੀ ਦਾ ਠੇਕਾ ਉਹ 599 ਰੁਪਈਏ ਪਰ ਜਿਹੜਾ ਬੱਚਾ ਉਹ ਠੇਕਾ ਦਿੱਤਾ ਗਿਆ। ਪਹਿਲਾਂ ਤਾਂ ਬੱਚਿਆਂ ਦੇ ਨਾਮ 'ਤੇ ਆਈ ਰਕਮ ਦਾ ਸਿੱਧੇ ਤੌਰ 'ਤੇ 200 ਰੁਪਈਆ ਪਰ ਬੱਚਾ ਜਿਹੜਾ ਵੱਧ ਲਿਆ ਗਿਆ, ਜਿਹਦੀ ਰਕਮ ਕੁੱਲ 26 ਕਰੋੜ ਰੁਪਈਆ ਬਣਦੀ ਹੈ। ਫਿਰ ਜੋ ਬਾਕੀ ਦੀ ਰਕਮ ਬਚੀ ਸੀ ਉਹਦੀਆਂ ਵਰਦੀਆਂ ਜਿਹੜੀਆਂ ਸਵਾ ਕੇ ਬੱਚਿਆਂ ਨੂੰ ਦਿੱਤੀਆਂ ਗਈਆਂ ਉਹ ਅੱਤ ਦਰਜੇ ਦੀਆਂ ਘਟੀਆ ਦਿੱਤੀਆਂ ਗਈਆਂ, ਜੋ ਇੱਕ ਇੱਕ ਧੋ ਤੋਂ ਬਾਅਦ ਥਾਂ ਥਾਂ ਤੋਂ ਪਾਟ ਗਈਆਂ। ਔਰ ਇਹ ਵਰਦੀ ਬੱਚੇ ਬੱਚੀਆਂ ਨੂੰ ਬਿਨਾਂ ਮਾਪ ਤੋਂ ਵੰਡੀ ਗਈ, ਜਿਸ ਦੀ ਕੀਮਤ 200 ਰੁਪਈਆ ਵੀ ਨਹੀਂ ਬਣਦੀ। ਕਰੀਬ 40 ਤੋਂ 50 ਕਰੋੜ ਰੁਪਈਏ ਦੀ ਠੱਗੀ ਜਿਹੜੀ ਬੱਚਿਆਂ ਦੇ ਨਾਮ ਦੇ ਉੱਤੇ ਮਾਰੀ ਗਈ। ਔਰ ਐਡੀ ਵੱਡੀ ਠੱਗੀ ਹੋਣ ਤੋਂ ਬਾਅਦ ਵੀ ਇਹਦੇ ਉੱਤੇ ਸਾਰਿਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਹਰ ਜਗ੍ਹਾ 'ਤੇ ਸਕੂਲ ਹੈਗੇ ਆ, ਹਰ ਲੀਡਰ ਦੇ ਇਲਾਕੇ 'ਚ ਸਕੂਲ ਆ, ਪਰ ਕੋਈ ਬੋਲਣ ਨੂੰ ਤਿਆਰ ਨਹੀਂ ਕਿ ਖਾਕ ਸੇ ਬੜਕਰ ਕੋਈ ਦੌਲਤ ਨਹੀਂ ਹੋਤੀ, ਛੋਟੀ ਮੋਟੀ ਬਾਤ ਪੇ ਹਿਜਰਤ ਨਹੀਂ ਹੋਤੀ, ਪਹਿਲੇ ਦੀਪ ਜਲੇ ਤੋਂ ਚਰਚੇ ਹੋਤੇ ਥੇ, ਅਬ ਅਗਰ ਸ਼ਹਿਰ ਵੀ ਜਲੇ ਤੋ ਹੈਰਤ ਨਹੀਂ ਹੋਤੀ। ਇਹ ਹਾਲਾਤ ਬਣੇ ਹੋਏ ਆ, ਬਿਨਾਂ ਮਾਪ ਤੋਂ ਵਰਦੀਆਂ ਕਿਸੇ ਨੂੰ ਤੰਗ ਤੇ ਕਿਸੇ ਨੂੰ ਖੁੱਲੀਆਂ ਵਰਦੀਆਂ ਦਿੱਤੀਆਂ ਗਈਆਂ। ਮੁੰਡਿਆਂ ਦਾ ਤੇ ਪਾਟੀ ਤੇ ਤੰਗ ਵਰਦੀ ਪਾ ਕੇ ਸਰ ਜਾਂਦਾ, ਪਰ ਧੀਆਂ ਦਾ ਟਾਈਟ ਅਤੇ ਪਾਟੀ ਵਰਦੀ ਪਾ ਕੇ ਸਕੂਲ ਆਉਣਾ, ਜੇ ਉਹ ਪਾ ਕੇ ਸਕੂਲ ਆਉਣਾ, ਉਹ ਬਹੁਤ ਜ਼ਿਆਦਾ ਮੁਸ਼ਕਲ ਹੈ, ਕਿਉਂਕਿ ਗਰੋਇੰਗ ਏਜ ਹੈ ਬੱਚੀਆਂ ਦੀ।
ਔਰ ਗਰੀਬੀ ਅਤੇ ਨਾ ਸਮਝੀ ਇੰਨੀ ਹੈ ਕਿ ਬੱਚੇ ਬੱਚੀਆਂ ਅੰਡਰ ਗਾਰਮੈਂਟ ਵੀ ਨਹੀਂ ਪਾਉਂਦੇ ਔਰ ਉਹਨਾਂ ਦੀਆਂ ਜਿੱਪਾਂ ਟੁੱਟੀਆਂ ਪੈਂਟਾਂ ਸ਼ਰਟਾਂ ਫਟੀਆਂ ਇਹ ਦਰਸਾਉਂਦੀਆਂ ਕਿ ਜ਼ਾਲਮੋ ਤੁਸੀਂ ਇਕੱਲੇ ਪੈਸੇ ਹੀ ਨਹੀਂ ਖਾਧੇ ਸਗੋਂ ਗਰੀਬਾਂ ਦੀ ਇੱਜ਼ਤ ਤਾਰ ਤਾਰ ਕਰਕੇ ਤੁਸੀਂ ਪੈਸੇ ਖਾਧੇ ਆ ਔਰ ਪੈਸੇ ਦੀ ਖਾਤਰ ਤੁਸੀਂ ਬੱਚਿਆਂ ਨੂੰ ਅੱਜ ਰੋਲ ਰਹੇ ਹੋ ਸਕੂਲਾਂ ਦੇ ਵਿੱਚ ਉਹ ਪਾਟੇ ਕੱਪੜੇ ਪਾ ਕੇ ਸਕੂਲਾਂ ਦੇ ਵਿੱਚ ਆ ਰਹੇ ਆ ਬੱਚੇ ਵਿਚਾਰੇ ਆਪਣੀ ਨਾ ਸਮਝੀ ਕਾਰਨ ਇਹ ਦਰਦ ਜਿਹੜਾ ਉਹ ਦੱਸ ਵੀ ਨਹੀਂ ਸਕਦੇ ਕਿਸੇ ਨੂੰ ਕਿ ਖਾਮੋਸ਼ੀਆਂ ਕਰਦੇ ਬਿਆਂ ਤੋਂ ਅਲੱਗ ਬਾਤ ਹੈ ਕੁਛ ਦਰਦ ਐਸੇ ਵੀ ਹੈ ਜੋ ਲਫਜ਼ੋਂ ਮੇਂ ਉਤਾਰੇ ਨਹੀਂ ਜਾ ਸਕਦੇ ਬੱਚੇ ਜਿਹੜੇ ਉਹ ਤੁਹਾਨੂੰ ਦੱਸ ਵੀ ਨਹੀਂ ਸਕਦੇ ਇੱਥੇ ਹੀ ਬਸ ਨਹੀਂ ਸਿੱਖਿਆ ਮੰਤਰੀ ਨੇ ਇੱਕ ਨਵੀਂ ਰੀਤ ਚਲਾ ਦਿੱਤੀ ਹੈ ਪਤਾ ਨਹੀਂ ਉਹ ਕਿਹਦੇ ਹੱਥਾਂ ਦੇ ਵਿੱਚ ਖੇਡ ਰਹੇ ਹਨ ਪਹਿਲਾਂ ਬੱਚਿਆਂ ਨੂੰ ਵਰਦੀਆਂ ਦੇ ਵਿੱਚ ਲੜਕਿਆਂ ਨੂੰ ਪੈਂਟ ਸ਼ਰਟ ਅਤੇ ਲੜਕੀਆਂ ਨੂੰ ਸੂਟ ਅਤੇ ਸਲਵਾਰ ਦਿੱਤਾ ਜਾਂਦਾ ਸੀ ਅਤੇ ਨਾਲ ਉਹਦੇ ਦੁਪੱਟਾ ਦਿੱਤਾ ਜਾਂਦਾ ਸੀ ਪਰ ਇਸ ਵਾਰ ਸਿੱਖਿਆ ਮੰਤਰੀ ਨੇ ਲੜਕੀਆਂ ਨੂੰ ਵੀ ਪੈਂਟ ਸ਼ਰਟ ਜਿਹੜੀ ਦੇਣ ਦਾ ਫਰਮਾਨ ਜਾਰੀ ਕਰ ਦਿੱਤਾ ਤੇ ਲੜਕੀਆਂ ਨੂੰ ਦੁਪੱਟੇ ਦਿੱਤੇ ਹੀ ਨਹੀਂ ਜਿਸ ਕਰਕੇ ਬੱਚੇ ਸਵੇਰੇ ਨੰਗੇ ਸਿਰ ਜਿਹੜੇ ਸ਼ਬਦ ਗਾਇਨ ਕਰਦੇ ਆ ਕਈ ਮਾਪੇ ਤੇ ਆਪਣੀਆਂ ਬੱਚੀਆਂ ਨੂੰ ਪੈਂਟ ਸ਼ਰਟ ਪਾਉਣਾ ਹੀ ਨਹੀਂ ਚਾਹੁੰਦੇ ਔਰ ਮਜਬੂਰੀ ਬਸ ਉਹਨਾਂ ਨੂੰ ਪਾਉਣੀਆਂ ਪੈ ਰਹੀਆਂ ਮੈਂ ਇੱਕ ਸਕੂਲ 'ਚ ਗਿਆ ਸੀਗਾ ਸਵੇਰੇ ਉੱਥੇ ਬੱਚੇ ਸ਼ਬਦ ਪੜ੍ਹ ਰਹੇ ਸੀ ਔਰ ਨੰਗੇ ਸਿਰ ਪੜ੍ਹ ਰਹੇ ਸੀਗੇ ਮਾਸਟਰਾਂ ਨੇ ਉਹਨੂੰ ਪੁੱਛਿਆ ਬੱਚੀਆਂ ਨੂੰ ਮੇਰੇ ਸਾਹਮਣੇ ਕਿ ਤੁਸੀਂ ਸਿਰ ਕਿਉਂ ਨਹੀਂ ਢੱਕੇ ਔਰ ਅੱਗੋਂ ਉਹਨਾਂ ਨੇ ਕਿਹਾ ਕਿ ਸਰ ਜੀ ਇਸ ਵਾਰ ਚੁੰਨੀਆਂ ਦਿੱਤੀਆਂ ਨਹੀਂ ਸਿਰ ਕਿਹਦੇ ਨਾਲ ਢੱਕੀਏ ਇਸ ਗੱਲ 'ਤੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਔਰ ਇਹਦੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਆ ਕਿ ਇਹਦੇ ਸਭ ਦੇ ਪਿੱਛੇ ਕੌਣ ਮੈਂ ਇਹਦੀ ਸ਼ਿਕਾਇਤ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਕੇ ਆਊਂਗਾ ਉਹਨਾਂ ਇਹਦੇ 'ਤੇ ਕੋਈ ਅਸਰ ਕਰਨਾ ਜਾਂ ਨਹੀਂ ਕਰਨਾ ਮੈਂ ਸਮੂਹ ਮਾਸਟਰ ਯੂਨੀਅਨਾਂ ਨੂੰ ਵੀ ਪੁੱਛਣਾ ਚਾਹੁੰਦਾ ਕਿ ਆਪਣੇ ਹੱਕਾਂ ਲਈ ਤੁਸੀਂ ਰੋਜ਼ ਸੜਕਾਂ 'ਤੇ ਆ ਜਾਂਦੇ ਹੋ ਕੋਈ ਵੀ ਕੁਰਬਾਨੀ ਦੇਣ ਤੋਂ ਤੁਸੀਂ ਕਦੀ ਝਿਜਕਦੇ ਨਹੀਂ ਪਰ ਇਹ ਸਾਰਾ ਘਪਲਾ ਤੁਹਾਡੇ ਸਾਹਮਣੇ ਹੋਇਆ ਤੁਹਾਡੇ ਹੱਥੀਂ ਵਰਦੀਆਂ ਵੰਡੀਆਂ ਗਈਆਂ ਤੁਹਾਡੇ ਹੱਥੀਂ ਕਰਾਇਆ ਗਿਆ ਅਤੇ ਇਹ ਸਭ ਜਾਣਦੇ ਹੋਏ ਵੀ ਤੁਸੀਂ ਬੱਚਿਆਂ ਦੇ ਹੱਕਾਂ ਲਈ ਸੰਘਰਸ਼ ਜਿਹੜਾ ਸੰਘਰਸ਼ ਦਾ ਰਾਹ ਕਿਉਂ ਨਹੀਂ ਅਪਣਾਇਆ ਜਿਨ੍ਹਾਂ ਬੱਚਿਆਂ ਦੇ ਸਿਰ 'ਤੇ ਤੁਹਾਡੇ ਚੁੱਲ੍ਹੇ ਬਲਦੇ ਆ ਉਹਨਾਂ ਦੇ ਹੱਕਾਂ ਦਾ ਕਤਲ ਹੋ ਗਿਆ ਔਰ ਤੁਸੀਂ ਬੋਲੇ ਤੱਕ ਨਹੀਂ ਕਿ ਜ਼ੁਲਮ ਸਹਿ ਕੇ ਚੁੱਪ ਰਹਿਣਾ ਜ਼ੁਲਮ ਕੀ ਹਮਾਇਤ ਹੈ ਅੱਜ ਮੇਰਾ ਘਰ ਉਜੜਾ ਹੈ ਕੱਲ੍ਹ ਤੁਮਾਰੀ ਵਾਰੀ ਹੈ ਇਹ ਹਾਲਾਤ ਹੋ ਜਾਣਗੇ ਅੱਜ ਜੇ ਇੱਕ ਦੂਜੇ ਲਈ ਲੜੇ ਨਾ ਤਾਂ ਸਾਰਿਆਂ ਨੂੰ ਇਹ ਭੁਗਤਣਾ ਪਊਗਾ ਅਤੇ ਅੱਜ ਮੈਂ ਪੜ੍ਹਿਆ ਕਿ ਜਿਨ੍ਹਾਂ ਨੇ ਚੋਰੀ ਕੀਤੀ ਜਿਨ੍ਹਾਂ ਨੇ ਚੋਰੀ ਕਰਵਾਈ ਅਤੇ ਉਹ ਲੋਕ ਅੱਜ ਸਕੂਲਾਂ 'ਚ ਜਾਂਚ ਕਰਨ ਲਈ ਜਾ ਰਹੇ ਆ ਜਿਨ੍ਹਾਂ 'ਚ DO ਅਤੇ ਹੋਰ ਅਧਿਕਾਰੀ ਸ਼ਾਮਲ ਆ ਕੀ ਉਹ ਆਪਣੇ ਮੰਤਰੀ ਦੇ ਖਿਲਾਫ਼ ਜਾਂਚ ਕਰਨ ਦਾ ਮਾਦਾ ਰੱਖਦੇ ਆ ਜਿਸ ਦੇ ਸਿਰ ਦੇ ਉੱਤੇ ਉਹ ਆਪਣੇ ਅਹੁਦਿਆਂ 'ਤੇ ਮੌਜਾਂ ਮਾਣ ਰਹੇ ਆ ਇਹ ਤਾਂ ਉਹ ਗੱਲ ਹੋਈ ਕਿ ਜੋ ਅੰਧੇਰੇ ਕੀ ਤਰ੍ਹਾਂ ਡਸਤੇ ਰਹੇ ਅਬ ਉਜਾਲੇ ਕੀ ਕਸਮ ਖਾਣੇ ਲਗੇ ਚੰਦ ਮੁਰਦੇ ਬੈਠ ਕਰ ਸ਼ਮਸ਼ਾਨ ਮੇ ਜ਼ਿੰਦਗੀ ਕਾ ਅਰਥ ਸਮਝਾਣੇ ਲਗੇ ਅਸਲ 'ਚ ਇਸ ਘਪਲੇ ਦੀ ਜਾਂਚ CBI ਤੋਂ ਜਾਂ ਸਿੱਖਿਆ ਵਿਭਾਗ ਤੋਂ ਅਲੱਗ ਕਿਸੇ ਜਾਂਚ ਏਜੰਸੀ ਤੋਂ ਕਰਾਉਣੀ ਚਾਹੀਦੀ ਆ ਔਰ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੂੰ ਚਾਹੀਦਾ ਕਿ ਇਸ ਘਪਲੇ ਲਈ ਜ਼ਿੰਮੇਵਾਰ ਸਿੱਖਿਆ ਮੰਤਰੀ ਕੋਲ ਤੁਰੰਤ ਅਸਤੀਫਾ ਲੈਣ ਔਰ ਜਲਦ ਤੋਂ ਜਲਦ ਇਹਦੀ ਜਾਂਚ ਕਰਾਉਣ ਔਰ ਕ੍ਰਿਮੀਨਲ ਜਿਹੜੀ FIR ਦਰਜ ਕੀਤੀ ਜਾਵੇ ਉਹਦੇ ਵਿੱਚ ਬੱਚਿਆਂ ਦੇ ਔਰ ਉਹਦੇ ਪੇਰੈਂਟਸ ਦੇ ਉਹਨਾਂ ਦੇ ਬਿਆਨ ਦਰਜ ਹੋਣੇ ਚਾਹੀਦੇ ਆ ਅਤੇ ਮੈਂ ਆਸ ਕਰਦਾ ਕਿ ਮੁੱਖ ਮੰਤਰੀ ਬੱਚਿਆਂ ਨਾਲ ਇਸ ਹੋਏ ਧੋਖੇ ਦਾ ਉਹਨਾਂ ਠੱਗਾਂ ਕੋਲੋਂ ਇਨਸਾਫ਼ ਜ਼ਰੂਰ ਲੈਣਗੇ ਕਿਉਂਕਿ ਇਹ ਧੋਖਾ ਉਹਨਾਂ ਗਰੀਬ ਬੱਚਿਆਂ ਨਾਲ ਹੋਇਆ ਜੋ ਇਨਸਾਫ਼ ਲੈਣ ਲਈ ਆਪਣੇ ਹੱਕਾਂ ਲਈ ਲੜ ਨਹੀਂ ਸਕਦੇ ਸੰਘਰਸ਼ ਨਹੀਂ ਕਰ ਸਕਦੇ ਸੜਕਾਂ ਦੇ ਉੱਤੇ ਨਹੀਂ ਬਹਿ ਸਕਦੇ ਸੋ ਇਹਨਾਂ ਮਾਸੂਮਾਂ ਨਾਲ ਇਨਸਾਫ਼ ਹੋਣਾ ਚਾਹੀਦਾ ਸੋ ਅਖੀਰ ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਇਹ ਸੂਬੇ ਦੇ ਮੁੱਖ ਮੰਤਰੀ ਆ ਮੁੱਖ ਮੰਤਰੀ ਜਿਹੜਾ ਫਾਦਰ ਆਫ ਸਟੇਟ ਹੁੰਦਾ ਸੋ ਅਖੀਰ 'ਚ ਮੈਂ ਕੈਪਟਨ ਅਮਰਿੰਦਰ ਸਿੰਘ ਅਤੇ ਗਰੀਬ ਬੱਚਿਆਂ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ ਕਿ ਜੋ ਛੋੜੋਗੇ ਹੱਥ ਇਨਕਾ ਤੋਂ ਇਹ ਭੀੜ ਮੇ ਕਹੀਂ ਖੋ ਜਾਏਗੇ ਜੋ ਥਪ ਥਪਾਓਗੇ ਪੀਠ ਇਨਕੀ ਤੋ ਗੋਦ ਮੇ ਸਰ ਰੱਖ ਕੇ ਸੋ ਜਾਏਗੇ ਜੋ ਦਿਖਾਓਗੇ ਤੁਮ ਰਾਸਤੇ ਤੋ ਤੁਮਾਰੀ ਤਰ੍ਹਾਂ ਬਾਦਸ਼ਾਹ ਇਹ ਹੋ ਜਾਏਗੇ ਇਹ ਤੋ ਕੋਰੇ ਕਾਗਜ਼ ਹੈ ਜੈਸਾ ਲਿਖੋਗੇ ਵੈਸੇ ਹੋ ਜਾਏ।